ਖਬਰਾਂ ਦੀਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨਾਂ ਨੇ ਪੰਜ ਤਰ੍ਹਾਂ ਦੇ ਮੋਰਚੇ ਲਾਏ ਪਾਣੀ ਬਚਾਓ ਪੰਜਾਬ ਬਚਾਓ ਦੇ ਨਾਰੇ ਦੇ ਹੇਠ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਗਜਿੰਦਰ ਕੇਂਦਰੀ ਜਲ ਸਰੋਤ ਮੰਤਰੀ ਗਜਿੰਦਰ ਸਿੰਘ ਸ਼ਿਖਾਵਤ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਨਹਿਰੀ ਪ੍ਰਬੰਧ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਮੰਗਿਆ ਹੈ ਮਾਨ ਨੇ ਸੂਬੇ ਦੇ ਦੂਸ਼ਿਤ ਪਾਣੀਆਂ ਨੂੰ ਸ਼ੁੱਧ ਕਰਨ ਅਤੇ ਨਹਿਰੀ ਪ੍ਰਬੰਧ ਨਵਿਆਉਣ ਦੇ ਲਈ ਇਹ ਪੈਕੇਜ ਮੰਗਿਆ ਹੈ ਉਹਨਾਂ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਬਣੀ ਅੱਪਰ ਵਾਰੀ ਦੁਆਬ ਨਹਿਰ ਦੀ ਮਾੜੀ ਹਾਲਤ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੂਬੇ ਦੇ ਅਨਾਜ ਉਤਪਾਦਕਾਂ ਨੂੰ ਵੀ ਮਾੜੇ ਨਹਿਰੀ ਸਿਸਟਮ ਕਾਰਨ ਯਾਨਕਿ ਕਿਸਾਨਾਂ ਨੂੰ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਸੂਬਾ ਸਰਕਾਰ ਨੇ ਸਤਲੁਜ ਦਰਿਆ ਦੀ ਸਹਾਇਕ ਨਦੀ ਬੁੱਡੇ ਨਾਲੇ ਦੀ ਸਫਾਈ ਲਈ 850 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਕੇਂਦਰ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦੀ ਮੰਗ ਨੂੰ ਕਿਹੜਾ ਕਿ ਗੰਭੀਰਤਾ ਨਾਲ ਲਿਆ ਜਾਣਾ ਹੈ ਇਹ ਤਾਂ ਹਾਲੇ ਪਤਾ ਲੱਗਣਾ ਹੈ ਤੇ ਉਧਰ ਬਰਨਾਲਾ ਜ਼ਿਲ੍ਹੇ ਦੇ ਰੂੜੇ ਕੀ ਕਲਾਂ ਦੇ ਵਿੱਚ ਪਾਣੀ ਬਚਾਓ ਤੇ ਖੇਤੀ ਬਚਾਓ ਮੁਹਿੰਮ ਤਹਿਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਟਰਾਈਡੈਂਟ ਫੈਕਟਰੀ ਤੌਲਾ ਦੇ ਮੂਹਰੇ ਤਰਨਾ ਲਾਇਆ ਗਿਆ ਸੀ ਜਿਹੜਾ 5 ਦਿਨਾਂ ਬਾਅਦ ਚੁੱਕ ਲਿਆ ਗਿਆ ਸੀ ਇਸ ਦਰਾਂ ਜਿਹੜੇ ਯੂਨੀਅਨ ਦੇ ਲੀਡਰ ਜਗਿੰਦਰ ਸਿੰਘ ਉਗਰਾਹਾਂ ਤੇ ਹੋਰ ਜਿਹੜੇ ਲੀਡਰ ਨੇ ਕਿਸਾਨਾਂ ਦੇ ਉਹਨਾਂ ਦੀ ਟਰਾਈਡੈਂਟ ਦੇ ਮੈਨੇਜਿੰਗ ਡਾਇਰੈਕਟਰ ਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਜਿੰਦਰ ਗੁਪਤਾ ਪੰਦਕਾਂ ਨੇ ਨਾਲ ਇੱਕ ਮੀਟਿੰਗ ਤਾਂ ਹੋਈ ਪਰ ਕਿਸੇ ਤਣਪਤਨ ਨਹੀਂ ਲੱਗ ਸਕੀ ਹਾਲਾਂਕਿ ਟ੍ਰਾਈਡੈਂਟ ਕੰਪਨੀ ਦੇ ਪ੍ਰਬੰਧਕਾਂ ਨੇ ਪ੍ਰਰੋਸਾ ਦਿੱਤਾ ਹੈ ਕਿਸਾਨਾਂ ਨੂੰ ਕਿ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਦੇ ਲਈ ਯੋਗ ਕਦਮ ਨੇ ਜਿਹੜੇ ਉਹ ਚੁੱਕੇ ਜਾਣਗੇ ਪਰ ਜਥੇਬੰਦੀ ਨੇ ਜਿਹੜਾ ਹੈਗਾ ਕੰਪਨੀ ਦੇ ਰੌਣ ਨੂੰ ਦੇਖਦਿਆਂ ਸੰਘਰਸ਼ ਜਾਰੀ ਰੱਖਣ ਦਾ ਹੀ ਐਲਾਨ ਕੀਤਾ ਹੈ ਕਿਸਾਨਾਂ ਦੇ ਲਈ ਇੱਕ ਚੰਗੀ ਖਬਰ ਵੀ ਕਹਿ ਸਕਦੇ ਹਾਂ ਕਿਉਂਕਿ ਸ਼ਾਪਿੰਗ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਦੇਸ਼ ਦੇ ਉਦਮੀ ਕਿਸਾਨਾਂ ਤੋਂ ਦਾਣਾਂ ਚੌਲ ਤੇ ਦਲੀਆ ਖਰੀਦਣ ਦੀ ਇੱਛਾ ਪ੍ਰਗਟਾਈ ਹੈ ਇਸ ਖਰੀਦਦਾਰੀ ਨੂੰ ਸਿਰੇ ਚਾੜਨ ਲਈ ਕੰਪਨੀ ਵੱਲੋਂ ਕੇਂਦਰੀ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਨੂੰ 1800 ਕਰੋੜ ਰੁਪਏ ਦੀ ਖਰੀਦਦਾਰੀ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਫਰੀਦਕੋਟ ਦੇ ਵਧੀਕ ਡੀਸੀ ਰਾਜਦੀਪ ਸਿੰਘ ਬਰਾੜ ਨੇ ਜ਼ਿਲ੍ਹਾ ਫਰੀਦਕੋਟ ਦੇ ਉਦਮੀ ਕਿਸਾਨਾਂ ਨੂੰ ਇਸ ਯੋਜਨਾ ਦਾ ਵੱਤਵਤ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਸਾਨਾਂ ਦੇ ਕਾਰੋਬਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ। ਏਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਭਾਰਤ ਸਰਕਾਰ ਦੀ ਯੋਜਨਾ ਇੱਕ ਜ਼ਿਲ੍ਹਾ ਇੱਕ ਉਤਪਾਦ ਤਹਿਤ ਮੂੰਗੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਲਾ ਰਿਹਾ ਹੈ। ਇਸ ਦੌਰਾਨ ਇਨਵੈਸਟ ਇੰਡੀਆ ਦੀ ਕੋਰ ਕਮੇਟੀ ਦੇ ਮੈਂਬਰ ਸ਼ਦੀਪ ਸਿੰਘ ਨੇ ਸਕੀਮ ਦੇ ਨਾਲ ਕਿਸਾਨਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਵੀ ਦੱਸਿਆ। ਜ਼ਿਲ੍ਹਾ ਫਰੀਦਕੋਟ ਤੋਂ ਵਧੇਰੇ ਚੌਲ ਦੀ ਖਰੀਦ ਕੀਤੀ ਜਾਵੇਗੀ। ਸੋ ਜ਼ਿਲ੍ਹੇ ਦੇ ਮੁਖ ਖੇਤੀਬਾੜੀ ਅਫਸਰ ਗਿਲਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਉਤਪਾਦਾਂ ਦੇ ਨਮੂਨੇ ਛੇਤੀ ਤੋਂ ਛੇਤੀ ਖੇਤੀਬਾੜੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣ ਕਿਉਂਕਿ ਕੰਪਨੀ ਕਿਸਾਨਾਂ ਤੋਂ ਦਾਲਾਂ ਚੌਲ ਤੇ ਦਲੀਆ ਵੱਡੀ ਮਾਤਰਾ ਦੇ ਵਿੱਚ ਖਰੀਦੇਗੀ। ਮੂਸੇਵਾਲਾ ਕਤਲਕਾਂਡ ਨੂੰ ਵਾਪਰੇ ਹੋਏ ਅੱਜ ਪੂਰੇ 59 ਦਿਨ ਹੋ ਗਏ ਨੇ ਯਾਨੀ ਕਿ ਕੱਲ ਨੂੰ 2 ਮਹੀਨੇ ਹੋ ਜਾਣਗੇ ਪਰ ਇੱਕ ਸ਼ਾਰਪ ਸ਼ੂਟਰ ਦੀਪਕ ਮੁੰਡੀ ਹਾਲੇ ਵੀ ਫਰਾਰ ਹੈ ਹਾਲਾਂਕਿ ਪਿਛਲੇ ਦਿਨੀ ਗੋਲਡੀਬਰਾਡ ਨੇ ਦਾਅਵਾ ਕੀਤਾ ਸੀ ਕਿ ਸ਼ੂਟਰ 6 ਨਹੀਂ ਬਲਕਿ 8 ਸਨ ਪਰ ਪੁਲਿਸ ਦੇ ਮੁਤਾਬਿਕ 6 ਸਨ ਤੇ 6ਵਾਂ ਹਾਲੇ ਵੀ ਫਰਾਰ ਹੈ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਦਾਅਵਾ ਕਰ ਰਹੇ ਨੇ ਕਿ ਦੀਪਕ ਮੁੰਡੀ ਛੇਤੀ ਹੀ ਹਿਰਾਸਤ ਵਿੱਚ ਲਿਆ ਜਾਵੇਗਾ ਉਸ ਬਾਰੇ ਲੀਡਸ ਨੇ ਲੀਡਸ ਜੀਨ ਨੇ ਉਹ ਮਿਲੀਆਂ ਨੇ ਤੇ ਉਹਨਾਂ ਨੇ ਦੀਪਕ ਮੁੰਡੀ ਨੂੰ ਫੜਨ ਦੀਆਂ ਚਰਚਾ ਫੜਨ ਦੀ ਜਿਹੜੀ ਚਰਚਾ ਕੱਲ ਚੱਲੀ ਸੀ ਉਸ ਨੂੰ ਵਫਾ ਦੱਸਿਆ ਹੈ ਕੱਲ ਬਹੁਤ ਸਾਰੇ মিডিਆ ਆਦਾਰਿਆਂ ਨੇ ਇਹ ਖਬਰ ਚਲਾ ਦਿੱਤੀ ਸੀ ਕਿ ਦੀਪਕ ਮੁੰਡੀ ਨੂੰ ਫੜ ਲਿਆ ਗਿਆ ਪਰ ਪੁਲਿਸ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਦੂਸਰੇ ਪਾਸੇ ਇਹ ਮੁੱਖ ਸ਼ੂਟਰ ਜਿਹੜੇ ਪ੍ਰਿਵਾਰਥ ਫੌਜੀ ਸ਼ੂਟਰ ਕਸ਼ਿਸ਼ ਤੇ ਦੀਪਕ ਤੀਨੂ ਇਹਨਾਂ ਨੂੰ ਕੱਲ ਸ਼ਾਮਾਨ ਸਾਡੀ ਅਦਾਲਤ ਵਿੱਚ ਪੇਸ਼ ਕੀਤਾ ਗਿਆ 29 ਜੁਲਾਈ ਤੱਕ ਦਾ ਇਹਨਾਂ ਦਾ ਪੁਲਿਸ ਰਿਮਾਂਡ ਹੋਰ ਲਿਆ ਗਿਆ ਬਠਿੰਡਾ ਦੇ ਵਿੱਚ ਏਜੀਟੀਐਫ ਅਤੇ ਬਠਿੰਡਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਤਾਬਿਕ ਕੈਨੇਡਾ ਰਹਿ ਰਹੇ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਨੇ ਇਹਨਾਂ ਦੇ ਫੜੇ ਜਾਣ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਦੇ ਰਾਹੀਂ ਇਹ ਹਰਿਆਣੇ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਤਰ੍ਹਾਂ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇੱਕ ਪਿੰਡ ਪੈਣੀ ਦਾ ਰਹਿਣ ਵਾਲਾ ਮਲਕੀਤ ਸਿੰਘ ਹੈ ਤੇ ਦੂਸਰਾ ਪਿੰਡ ਅਕਲੀਆ ਜਲਾਲ ਦਾ ਰਹਿਣ ਵਾਲਾ ਹਰਦੀਪ ਸਿੰਘ ਹੈ। ਦੋਵੇਂ ਮੁਲਜ਼ਮ ਪੰਜਾਬ ਪੁਲਿਸ ਨੂੰ ਕਈ ਕੇਸਾਂ ਵਿੱਚ ਲੋਨੀਂਦੇ ਸਨ। ਇਹਨਾਂ ਦੇ ਕਬਜ਼ੇ ਵਿੱਚੋਂ 7 ਪਿਸਤੌਲ, ਇੱਕ ਐਸਆਈ ਰੈਂਕ ਦੇ ਪੁਲਿਸ ਅਧਿਕਾਰੀ ਦੀ ਵਰਦੀ ਅਤੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀਸ ਦੇ ਨਾਲ ਮੀਟਿੰਗ ਕੀਤੀ ਅਪਰਾਧਾਂ ਨੂੰ ਨੱਥ ਪਾਉਣ ਦੇ ਮੁੱਦੇ ਨੂੰ ਲੈ ਕੇ ਇਹ ਮੀਟਿੰਗ ਹੋਈ ਹੈ ਤੇ ਡੀਜੀਪੀ ਨੇ ਤਸਕਰਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਖਿਲਾਫ ਸਖਤੀ ਕਰਨ ਦੇ ਹੁਕਮ ਦਿੱਤੇ ਨੇ DIG ਨੇ ਪੰਜਾਬ ਪੁਲਿਸ ਦੀਆਂ ਕਾਊਂਟਰ ਇੰਟੈਲੀਜੈਂਸ ਐਂਟੀ ਗੈਂਗਸਟਰ ਟਾਸਕ ਫੋਰਸ ਸਪੈਸ਼ਲ ਟਾਸਕ ਫੋਰਸ ਆਦਿ ਸਣੇ ਸਾਰੀਆਂ ਇਕਾਈਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਲ-ਨਾਲ ਗੈਂਗਸਟਰਾਂ ਨੂੰ ਖਤਮ ਕਰਨ ਅਮਨ ਕਾਨੂੰਨ ਨੂੰ ਕਾਇਮ ਰੱਖਣ ਤੇ ਅਪਰਾਧਾਂ ਦਾ ਪਤਾ ਲਾਉਣ ਲਈ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਨੇ ਤੇ ਖਾਸ ਤੌਰ ਤੇ SSPs ਨੂੰ ਇਹ ਹੁਕਮ ਜਾਰੀ ਕੀਤੇ ਨੇ ਕਿ ਨਸ਼ਿਆਂ ਦੀ ਬਰਾਮਦਗੀ ਦੇ ਨਾਲ ਸਬੰਧਤ ਕੇਸਾਂ ਵਿੱਚ ਸਾਰੇ ਅਗਲੇ ਪਿਛਲੇ ਸੰਬੰਧਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਨਸ਼ਿਆਂ ਦੀ ਵਪਾਰਿਕ ਬਰਾਮਦਗੀ ਤੇ ਧਿਆਨ ਕੇਂਦਰਿਤ ਅਤੇ ਐਨਡੀਪੀਐਸ ਕੇਸਾਂ ਵਿੱਚ ਮੋਲਜਮਾਂ ਦੀ ਜਾਇਦਾਦ ਜ਼ਬਤ ਕਰਨ ਦਾ ਵੀ ਉਹਨਾਂ ਨੇ ਜ਼ਬਤ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਇਸ ਨਾਲ ਹੀ ਐਨਡੀਪੀਐਸ ਕੇਸਾਂ ਦੇ ਸਾਰੇ ਭਗੌੜੇ ਅਪਰਾਧੀ ਜਿਨ੍ਹਾਂ ਨੂੰ ਪੀਓ ਕਿਹਾ ਜਾਂਦਾ ਹੈ ਅਤੇ ਜ਼ਮਾਨਤ ਤੇ ਭੱਜਣ ਵਾਲੇ ਇਹਨਾਂ ਸਾਰਿਆਂ ਦੀ ਗ੍ਰਿਫਤਾਰੀ ਨੂੰ ਤਰਜੀਹ ਦੇ ਹੁਕਮ ਵੀ ਡੀਜੀਪੀ ਨੇ ਦਿੱਤੇ ਨੇ। ਮੋਦਰਾਮਰ ਸਰਦੀ ਸਥਾਨਕेंद्रीय ਜੇਲ੍ਹ ਦੇ ਵਿੱਚ ਕੈਦੀ ਆਪਸ ਦੇ ਵਿੱਚ ਭੜਪਈ ਆਪਸੀ ਝਗੜੇ ਵਿੱਚ ਨਾਮਜ਼ਦ ਕੀਤੇ ਗਏ 7 ਕੈਦੀਆਂ ਦੀ ਪਛਾਣ ਹੋ ਗਈ ਹੈ ਜਿਨ੍ਹਾਂ ਦੇ ਕੋਲੋਂ ਸਰੀਏ ਬਰਾਮਦ ਹੋਏ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਇਹਨਾਂ ਸੱਤਾ ਕੈਦੀਆਂ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ। ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਬਣਾਈ ਗਈ ਕੈਬਨਿਟ ਸਬਕਮੇਟੀ ਦੀ ਕੱਲ ਮੀਟਿੰਗ ਹੋਈ ਪਰ ਕਮੇਟੀ ਦੇ ਲਈ 36 ਦਾ ਅੰਕੜਾ ਚੁਣੌਤੀ ਬਣਿਆ ਹੋਇਆ ਯਾਨੀ ਕਿ 36000 ਦਾ ਅੰਕੜਾ ਮੀਟਿੰਗ ਦੇ ਵਿੱਚ ਕੱਲ ਇਹ ਮੁੱਦਾ ਉੱਠਿਆ ਕਿ ਕਿਵੇਂ 36000 ਕੱਚੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ ਪੰਜਾਬ ਸਰਕਾਰ ਨੇ ਇਰਾਦਾ ਬਣਾ ਲਿਆ ਕਿ ਚੋਣਾ ਮੌਕੇ ਕੀਤੇ ਵਾਅਦੇ ਮੁਤਾਬਕ 36000 ਕਾਮੇ ਨੇ ਜਿਹੜੇ ਕੱਚੇ ਰੈਗੂਲਰ ਕਰਨੇ ਕਰਨੇ ਨੇ ਬੇਸ਼ੱਕ ਇਹਨਾਂ ਵਿੱਚੋਂ ਬਹੁਤੇ ਰੈਗੂਲਰ ਹੋਣ ਦੇ ਯੋਗ ਵੀ ਨਾ ਹੋਣ ਹੁਣ ਜਦੋਂ ਕੈਬਨਿਟ ਸਬ ਕਮੇਟੀ ਹੈ ਜਿਹੜੀ ਉਹ ਇਹਨਾਂ ਨੂੰ ਪੱਕੇ ਕਰਨ ਦੇ ਰਾਹ ਲੱਭ ਰਹੀ ਹੈ ਤਾਂ 우ਮਾ ਦੇਵੀ ਜੱਜਮੈਂਟ ਬਹੁਤੇ ਕੱਚੇ ਕੰਮਿਆਂ ਦਾ ਰਾਹ ਰੋਕ ਰਹੀ ਹੈ ਇਸ ਜੱਜਮੈਂਟ ਦੇ ਮੱਦੇਨਜ਼ਰ ਪੂਰੇ 36000 ਕੱਚੇ ਕਾਮੇ ਰੈਗੂਲਰ ਹੋਣ ਦੀ ਯੋਗਤਾ ਪੂਰੀ ਨਹੀਂ ਕਰਦੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥਿਆ ਤੇ ਹਰਜੋਤ ਸਿੰਘ ਬਹਿਸ ਦਰਮਿਆਨ ਹੋਈ ਤੇ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਸਖਤਰ ਵੀ ਸ਼ਾਮਿਲ ਸਨ ਵਿਭਾਗੀ ਸਖਤਰਾਂ ਨੂੰ ਕੱਲ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਹੜੇ ਕੱਚੇ ਕੰਮ ਹੀ ਨਿਯੁਕਤੀ ਹੋਣ ਸਮੇਂ ਯੋਗਤਾ ਪੂਰੀ ਕਰਦੇ ਸੀ ਉਹਨਾਂ ਦਾ ਵਿਭਾਗ ਮੁਤਾਬਕ ਵੇਰਵਾ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਵਿਭਾਗਾਂ ਕੋਲ ਵੇਰਵੇ ਵੀ ਹਾਲੇ ਅਧੂਰੇ ਨੇ ਤੇ 36000 ਉਹੀ ਕੰਮ ਇਹ ਨੇ ਜਿਨ੍ਹਾਂ ਨੂੰ ਪਿਛਲੀ ਸਰਕਾਰ ਚੰਨੀ ਸਰਕਾਰ ਨੇ ਵੀ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਗੱਠਜੋੜ ਸਰਕਾਰ ਸੀ ਜਿਹੜੀ ਅਕਾਲੀ ਭਾਜਪਾ ਉਹਨਾਂ ਨੇ ਵੀ 2016 ਦੇ ਵਿੱਚ ਵਾਅਦਾ ਕੀਤਾ ਸੀ ਪਰ ਜਿਹੜੇ ਇਹਨਾਂ ਕੰਮਿਆਂ ਨੂੰ ਰੈਗੂਲਰ ਕਰਨ ਵਾਸਤੇ ਬਿੱਲ ਪਾਸ ਕੀਤੇ ਸੀ ਉਹਨਾਂ ਨੂੰ ਹਾਲੇ ਤੱਕ ਵੀ ਰਾਜਪਾਲ ਤੋਂ ਪ੍ਰਵਾਨਗੀ ਨਹੀਂ ਮਿਲੀ ਕਾਨੂੰਨੀ ਅੜਚਨਾ ਨੇ ਇਹਨਾਂ ਬਿਲਾਂ ਦੇ ਰਾਹ ਰੋਕੇ ਹੋਏ ਨੇ ਇਸੇ ਮਸਲੇ ਤੇ ਕੱਲ ਕੈਬਨਿਟ ਕਮੇਟੀ ਦੀ ਚੌਥੀ ਵਾਰੀ ਮੀਟਿੰਗ ਹੋਈ ਹੈ ਪਰ ਹਾਲੇ ਤੱਕ ਕੋਈ ਜਿਹੜਾ ਹੈਗਾ ਹੱਲ ਨਿਕਲ ਨਹੀਂ ਸਕਿਆ ਦਰਸਲ 우ਮਾ ਦੇਵੀ ਦੀ ਜਜਮੈਂਟ ਕਹਿੰਦੀ ਹੈ ਕਿ ਉਹੀ ਕੱਚੇ ਕੰਮੇ ਰੈਗੂਲਰ ਹੋ ਸਕਦੇ ਨੇ ਜਿਨ੍ਹਾਂ ਦੀ ਭਰਤੀ ਪ੍ਰਵਾਨਿਤ ਅਸਾਮੀਆਂ ਤੇ ਹੋਈ ਹੈ ਆਊਟਸੋਰਸਿੰਗ ਵਾਲੇ ਕੰਮੇ ਫਿਲਹਾਲ ਕੈਬਨਟ ਸਬਕਮੇਟੀ ਦੀ ਵਿਚਾਰ ਚਰਚਾ ਤੋਂ ਬਾਹਰ ਹੀ ਨੇ ਤੇ ਉਹ ਹੜਤਾਲਾਂ ਤੇ ਵੀ ਚਲੇ ਗਏ ਨੇ ਰੋਸ ਮੁਜ਼ਾਰੇ ਵੀ ਕਰ ਰਹੇ ਨੇ ਪੰਜਾਬ ਦੀਆਂ ਰੋਡਵੇਜ਼ ਬੱਸਾਂ ਤੇ ਪੀਆਰਟੀਸੀ ਬੱਸਾਂ ਦੇ ਜਿਹੜੇ ਠੇਕਾ ਮੁਲਾਜ਼ਮ ਨੇ ਉਹ ਵੀ ਲਗਾਤਾਰ ਪਿਛਲੀ ਸਰਕਾਰ ਤੋਂ ਲੈ ਕੇ ਹੁਣ ਤੱਕ ਰੋਸ ਮੁਜ਼ਾਰੇ ਹੀ ਕਰਦੇ ਆ ਰਹੇ ਨੇ ਕੱਲ ਕੰਟਰੈਕਟ ਵਰਕਰਸ ਯੂਨੀਅਨ ਨੇ ਪੰਜਾਬ ਭਰ ਦੇ ਵਿੱਚ ਗੇਟ ਰੈਲੀਆਂ ਕੀਤੀਆਂ ਇਸੇ ਤਹਿਤ ਸਾਰੇ ਜ਼ਿਲ੍ਹਿਆਂ ਦੇ ਪੀਆਰਟੀਸੀ ਦੇ ਡਿੱਪੂਆਂ ਦੇ ਮੂਹਰੇ ਗੇਟ ਰੈਲੀਆਂ ਕੀਤੀਆਂ ਗਈਆਂ ਕਾਮਿਆਂ ਨੇ ਮੰਗਾਂ ਨਾ ਮੰਨਣ ਤੇ ਆਜ਼ਾਦੀ ਦਿਵਸ ਸਮਾਗਮ ਮੌਕੇ ਮੁੱਖ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਦੇ ਸਮਾਗਮ ਵਾਲੀ ਥਾਂ ਤੇ ਰੋਸ ਮੁਜ਼ਾਹਰਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਯੂਨੀਅਨ ਦੇ ਲੀਡਰਾਂ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਸ ਪਨਬਸ ਤੇ ਪੀਆਰਟੀਸੀ ਅਦਾਰਿਆਂ ਵਿੱਚ ਲੰਬੇ ਸਮੇਂ ਤੋਂ ਆਊਟਸੋਰਸ ਅਤੇ ਕੰਟਰੈਕਟਰ ਅਧਾਰ ਤੇ ਕੰਮ ਕਰ ਰਹੇ ਨੇ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਹੀ ਨਹੀਂ ਦੇ ਰਹੀ ਇਸ ਕਰਕੇ 1 ਅਗਸਤ ਨੂੰ ਸੰਕੇਤਕ ਰੂਪ ਦੇ ਵਿੱਚ ਪੰਜਾਬ ਦੇ ਸਾਰੇ ਹਾਈਵੇ ਇਹਨਾਂ ਦੇ ਵੱਲੋਂ ਜਾਮ ਕੀਤੇ ਜਾਣਗੇ 2 ਅਗਸਤ ਤੋਂ ਪੀਆਰਟੀਸੀ ਦੇ ਮੁੱਖ ਦਫ਼ਤਰ ਮੂਹਰੇ ਭੁਖੜਤਾਲ ਸ਼ੁਰੂ ਕਰ ਦਿੱਤੀ ਜਾਏਗੀ 11 ਅਗਸਤ ਨੂੰ ਫਿਰ ਰੇਟ ਗੇਟ ਰੈਲੀਆਂ ਕੀਤੀਆਂ ਜਾਣਗੀਆਂ 14 15 ਤੇ 16 ਅਗਸਤ ਨੂੰ ਪਨਬਸ ਤੇ ਪੀਆਰਟੀਸੀ ਨੂੰ ਮੁਕੰਮਲ ਤੌਰ ਤੇ ਹੜਤਾਲ ਕਰਕੇ ਬੰਦ ਕੀਤਾ ਜਾਏਗਾ ਇਨਾਂ ਦੀਆਂ ਮੰਗਾਂ ਨੇ ਕੱਚੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਨੌਕਰੀਆਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਪੀਆਰਟੀਸੀ ਦੇ 2014 ਚ ਹੱਕੀ ਨੌਕਰੀ ਤੋਂ ਹਟਾਏ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਮੁੜ ਨੌਕਰੀ ਤੇ ਰੱਖਿਆ ਜਾਵੇ ਤੇ ਪੀਆਰਟੀਸੀ ਚ 219 ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਪੰਜਾਬ ਸਰਕਾਰ ਜਿੱਥੇ ਰੇਤ mafias ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ ਉੱਥੇ ਜਗਰਾਉਂ ਤੋਂ ਖਬਰ ਆ ਰਹੀ ਹੈ ਜਿੱਥੇ ਖਾਣਨ ਰੋਕਣ ਦੇ ਲਈ ਗਈ ਪੁਲਿਸ ਟੀਮ ਤੇ ਹਮਲਾ ਕੀਤਾ ਗਿਆ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਹਾਤੀ ਦੇ ਥਾਣਾ ਸਿਦਵਾ ਬੇਟੇ ਅਧਾਰ ਖੇਤਰ ਵਿੱਚ ਆਉਂਦੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਵਿੱਚ ਟਰਾਲੀ ਚ ਰੇਤ ਭਰ ਰਹੇ ਲੋਕਾਂ ਨੂੰ ਰੋਕਣ ਗਈ ਸੀ ਤੇ ਇਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਲੋਕਾਂ ਨੇ ਕੁੱਟਮਾਰ ਕੀਤੀ ਪੁਲਿਸ ਦੀ ਗੱਡੀ ਦੀ ਪੰਨ ਤੋੜ ਵੀ ਕੀਤੀ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਸਣੇ 15 ਅਣਪਛਾਤੇਆਂ ਨੂੰ ਨਾਮਜ਼ਦ ਕੀਤਾ ਗਿਆ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਟੀਮਾਂ ਵੀ ਬਣਾ ਦਿੱਤੀਆਂ ਨੇ ਦਰਅਸਲ ਜਦੋਂ ਪੁਲਿਸ ਦੀ ਟੀਮ ਇਹਨਾਂ ਨੂੰ ਰੇਤਾ ਭਰਨ ਤੋਂ ਹਟਾਉਣ ਲੱਗੀ ਤਾਂ ਦੋਵਾਂ ਤਰਾਂ ਦੇ ਵਿੱਚ ਹੱਥੋ ਪਾਈ ਹੋ ਗਈ ਹੱਥੋ ਪਾਈ ਤੋਂ ਬਾਅਦ ਜਿਹੜੀ ਦੂਸਰੀ ਤਰ ਦੇ ਵਿੱਚ ਜ਼ਿਆਦਾ ਬੰਦੇ ਸਨ ਉਹਨਾਂ ਨੇ ਪੁਲਿਸ ਤੇ ਜਿਹੜਾ ਉਹ ਪੁਲਿਸ ਤੇ ਭਾਰੂ ਪੈ ਗਏ ਤੇ ਉਹਨਾਂ ਨੇ ਰੇਤੇ ਨਾਲ ਭਰੀ ਟਰਾਲੀ ਤੇ ਟਰੈਕਟਰ ਭਜਾਉਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਬਲੇਹਰੋ ਗੱ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੋਂ منی ਲਾਂਡਰਿੰਗ ਕੇਸ ਦੇ ਵਿੱਚ ED ਨੇ ਪੁੱਛਗਿੱਛ ਕੀਤੀ 6 ਘੰਟਿਆਂ ਦੇ ਕਰੀ ਪੁੱਛ ਪੜਤਾਲ ਕੀਤੀ ਗਈ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ ਤੇ ਪੁਲਿਸ ਨੇ ਰਾਹੁਲ ਗਾਂਧੀ ਸਮੇਤ ਕਈ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਤੇ ਅੱਜ ਸੋਨੀਆ ਗਾਂਧੀ ਨੂੰ ਮੁੜ ਇਸੇ ਕੇਸ ਵਿੱਚ ਬਿਆਨ ਦਰਜ ਕਰਾਉਣ ਦੇ ਲਈ ਸੱਦਿਆ ਗਿਆ ਹੈ